ਹੈਲੋ ਮਾਈ ਡੀਅਰ ਸਟੂਡੈਂਟਸ ਹਾਂਜੀ ਸਿਆਣੇ ਕਹਿੰਦੇ ਨੇ ਕਿ ਗੁੱਸਾ ਕਰਦਾ ਜਿਹੜਾ ਬੰਦਾ ਉਹ ਪਹਿਲਾਂ ਉਹਨੂੰ ਇਫੈਕਟ ਕਰਦਾ بجائے ਉਸ ਦੇ ਜਿੱਤ ਤੇ ਗੁੱਸਾ ਕੀਤਾ ਜਾ ਰਿਹਾ ਇਹ ਗੱਲ ਤੁਸੀਂ ਬੜੀ ਵਾਰ ਸੁਣੀ ਹੋਣੀ ਹੈ ਤੇ ਬਿਲਕੁਲ ਸਹੀ ਹੈ ਬੇਟਾ ਪਰ ਇਹ ਗੁੱਸੇ ਤੱਕ ਸੀਮਤ ਨਹੀਂ ਇਹ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਲਾਗੂ ਹੁੰਦੀ ਹੈ ਅਸੀਂ ਜੋ ਵੀ ਕੰਮ ਕਰਦੇ ਹਾਂ ਚੰਗਾ ਚਾਹੇ ਮਾੜਾ ਉਹ ਪਹਿਲਾਂ ਸਾਨੂੰ ਇਫੈਕਟ ਕਰਦਾ ਬਾਅਦ ਵਿੱਚ ਕਿਸੇ ਹੋਰ ਨੂੰ ਇਫੈਕਟ ਕਰਦਾ ਸੋ ਵੀਡੀਓ ਵੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਹਿਲਾ ਫਾਇਦਾ ਇਹਨੇ ਤੁਹਾਨੂੰ ਦੇਣਾ ਹੈ ਰਾਈਟ ਇੱਥੇ ਹੁਣੇ ਮਾਡਲ ਟੈਸਟ ਪੇਪਰ ਆਪਾਂ ਸੋਲਵ ਕਰਨ ਜਾ ਰਹੇ ਹਾਂ ਜਿਹਦੀ ਵੀਡੀਓ ਦੇ ਵਿੱਚ 8ਵੀਂ ਕਲਾਸ ਲਈ ਜਿਹੜਾ ਸਤੰਬਰ ਟੈਸਟ ਲਈ ਆਇਆ ਵਿਭਾਗ ਵੱਲੋਂ ਪਹਿਸ ਟੈਸਟ ਸਤੰਬਰ ਟੈਸਟ ਠੀਕ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਪੇਪਰ ਦਾ ਪੈਟਰਨ ਸਮਝ ਜੂਗੇ ਕਿੰਦਾ ਦਾ ਪੇਪਰ ਆਉਣਾ ਸੇਮ ਟੂ ਸੇਮ ਇਦਾਂ ਦਾ ਪੇਪਰ ਆਉਣਾ ਤੇ ਇੱਕ ਦੋ ਕੁਐਸਚਨ ਵੀ ਇਹਦੇ ਵਿੱਚੋਂ ਰਿਪੀਟ ਹੁੰਦੇ ਨੇ ਕਿਉਂਕਿ ਮੈਂ 9ਵੀਂ 10ਵੀਂ ਸਾਰਿਆਂ ਦੇ ਦੇਖੇ ਨੇ ਹੁਣ ਤੱਕ ਜਿਨੇ ਪੇਪਰ ਆਏ ਨੇ ਕਿ ਇਹਨਾਂ ਦੇ ਵਿੱਚੋਂ ਕੁਐਸਚਨਸ ਰਿਪੀਟ ਹੁੰਦੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਸਾਰੇ ਕੁਐਸਚਨਾਂ ਨੂੰ ਚੰਗੀ ਤਰੀਕੇ ਨਾਲ ਸਮਝਣਾ ਪਹਿਲੀ ਗੱਲ ਹਾਂਜੀ ਦੂਜੀ ਗੱਲ ਇਹ ਜਦੋਂ 48 ਘੰਟੇ ਤੋਂ ਬਾਅਦ ਲਿੰਕ ਕਲੋਜ਼ ਹੋ ਗਿਆ ਠੀਕ ਉਸ ਤੋਂ ਬਾਅਦ ਤੁਸੀਂ ਇਸੇ ਚੈਨਲ ਤੇ ਯਾਨੀ ਲੈਸਨਸ ਆਫ ਲਾਈਫ ਚੈਨਲ ਤੇ ਮੇਰੇ ਚੈਨਲ ਤੇ ਤੁਸੀਂ ਆਪਦਾ ਵੀਅੂ ਸਕੋਰ ਚੈੱਕ ਕਰ ਸਕਦੇ ਹੋ ਮੈਂ ਵੀਡੀਓ ਅਪਲੋਡ ਕਰੂੰਗੀ ਤਾਂ ਕਿ ਤੁਸੀਂ ਦੇਖ ਸਕੋ ਤੁਹਾਡੇ ਕਿਹੜੇ ਆਨਸਰਸ ਸਹੀ ਨੇ ਔਰ ਕਿਹੜੇ ਰੋਂਗ ਨੇ ਠੀਕ 9ਥ 10ਥ ਦੀਆਂ ਵੀਡੀਓਜ਼ ਮੈਂ ਆਲਰੇਡੀ ਅਪਲੋਡ ਕਰ ਚੁੱਕੀ ਹਾਂ ਅਗਰ ਤੁਹਾਡਾ ਕੋਈ ਭੈਣ ਭਾਈ 9ਥ 10ਥ ਚ ਪੜਦਾ ਤਾਂ ਉਹਦੇ ਨਾਲ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਦਾ ਵੀਅੂ ਸਕੋਰ ਚੈੱਕ ਕਰ ਲਵੇ 让我们 ਸਟਾਰਟ ਟੂਡੇਸ ਕਲਾਸ ਹਾਂਜੀ ਮਾਡਲ ਟੈਸਟ ਪੇਪਰ ਬਾਇਓ ਮੰਥਲੀ ਸੈਪਟੈਂਬਰ 2020 ਕਲਾਸ 8ਵੀਂ ਸਬਜੈਕਟ ਇੰਗਲਿਸ਼ 40 ਨੰਬਰ ਦਾ ਹਰ ਇੱਕ ਕੁਐਸਚਨ 2 ਨੰਬਰ ਦਾ ਪਹਿਲਾ ਹੁਣ ਆਪਣੇ ਕੋਲੇ ਕਨਵਰਸੇਸ਼ਨ ਆ ਦੋ ਬੰਦਿਆਂ ਦੇ ਵਿਚਕਾਰ ਜਿਹਨੂੰ ਸਿਧਿਆਨ ਨਾ ਪੜ੍ਹਨਾ ਸਮਝਣਾ ਤੇ ਉਹਦੇ ਨਾਲ ਰਿਲੇਟਡ ਕੁਐਸਚਨਸ ਦੇ ਆਨਸਰ ਦੇਣੇ ਨੇ ਚਲੋ ਜੀ ਸਟਾਰਟ ਕਰਦੇ ਹਾਂ ਸੁਜ਼ੇਨ ਐਕਸਕਿਊਜ਼ ਮੀ ਸਰ ਮੇ ਆਈ ਕਮ ਇਨ ਲਾਇਬ੍ਰੇਰੀਅਨ ਜਸਟ ਪਲੀਜ਼ ਕਮ ਇਨ ਸੁਜ਼ੇਨ ਆਈ ਵਾਂਟ ਟੂ ਬੋਰੋ ਸਮ ਬੁక్స్ ਜਿਹੜਾ ਸੁਜ਼ੇਨ ਉਹ ਕੀ ਚਾਹੁੰਦਾ ਕੁਝ ਕਿਤਾਬਾਂ ਖਰੀਦਣਾ ਚਾਹੁੰਦਾ ਕਿੱਥੇ ਗਿਆ ਲਾਇਬ੍ਰੇਰੀ ਗਿਆ ਹੁਣ ਇਸ ਲਾਇਬ੍ਰੇਰੀਅਨ ਤੇ ਉਹਦੇ ਵਿੱਚਕਾਰ ਗੱਲਬਾਤ ਹੋ ਰਹੀ ਆ ਅੱਗੇ ਲਾਇਬ੍ਰੇਰੀਅਨ ਕੀ ਕਹਿ ਰਿਹਾ ਯੂ ਕਾਂਟ ਬੋਰੋ ਸਮ ਬੁక్స్ ਯੂ ਕੈਨ ਬੋਰੋ ਓਨਲੀ ਵਨ ਬੁੱਕ ਐਟ ਅ ਟਾਈਮ ਉਹ ਕਹਿੰਦੇ ਨਹੀਂ ਤੁਸੀਂ ਕੁਝ ਬੁੱਕਾਂ ਨਹੀਂ ਲੈ ਸਕਦੇ ਤੁਸੀਂ ਓਨਲੀ ਇੱਕ ਬੁੱਕ ਲੈ ਸਕਦੇ ਹੋ ਇੱਕ ਟਾਈਮ ਤੇ ਸੁਜ਼ੇਨ ਆਈ ਵਾਂਟ ਡਾਕਟਰ ਏ ਪੀ ਜ਼ੇ ਕਲਮਜ਼ ਆ ਟੋਵਾਈਓਗ੍ਰਾਫੀ ਵਿੰਗਸ ਆਫ ਫਾਇਰ ਇਜ਼ ਇਟ ਅਵੇਲੇਬਲ ਸਰ ਕੀ ਕਹਿ ਰਿਹਾ ਉਹ ਕਹਿੰਦਾ ਮੈਨੂੰ ਏਪੀ ਅਬਦੁਲ ਕਜ਼ਾਮ ਦੀ ਜਿਹੜੀ ਆਟੋ ਬਾਇਓਗ੍ਰਾਫੀ ਆ ਸਵੈ ਜੀਵਨੀ ਆ ਬਿੰਗਸ ਆਫ ਫਾਇਰ ਚਾਹੀਦੀ ਆ ਕੀ ਉਹ ਉਪਲਬਧ ਹੈ ਹੁਣ ਲਾਇਬ੍ਰੇਰੀਅਨ ਦਾ ਆਨਸਰ ਸੁਣੋ ਮਮ ਲੈਟਸ ਮੀ ਚੈੱਕ ਜਸ ਇਟ ਇਜ਼ ਅਵੇਲੇਬਲ ਜਿਹੜਾ ਐਮ ਐਮ ਆ ਗਿਆ ਇਹਨੂੰ ਫਿਲਰ ਵਰਡਸ ਕਹਿੰਦੇ ਨੇ ਬੇਟਾ ਸਪੋਕਨ ਇੰਗਲਿਸ਼ ਦੇ ਵਿੱਚ ਜਦੋਂ ਕਈ ਵਾਰ ਸਾਨੂੰ ਸੋਚਣ ਲਈ ਕੁਝ ਵਕਤ ਚਾਹੀਦਾ ਹੁੰਦਾ ਤਾਂ ਅਸੀਂ ਆਪਦੇ ਕੋਲ ਆਮ ਆਲ ਲਾਈਕ ਇਦਾਂ ਦੇ ਵਰਡ ਯੂਜ਼ ਕਰ ਲੈਣੇ ਆ ਉਹ ਸਪੇਸ ਨੂੰ ਭਰਨ ਲਈ ਉਹਨੂੰ ਫਿਲਰ ਵਰਡਸ ਕਿਹਾ ਜਾਂਦਾ ਸੋ ਇਹਦਾ ਵੈਸੇ ਇਹਦਾ ਕੋਈ मीनिंग ਨਹੀਂ ਹਾਂ ਉਹ ਕਹਿੰਦਾ ਹੈਗੀ ਆ ਮੈਨੂੰ ਚੈੱਕ ਕਰਨ ਦੇ ਹੈਗੀ ਆ ਅਵੇਲੇਬਲ ਆ ਨੈਕਸਟ ਸੋ ਜਹੀਂ ਵੇਅਰ ਇਜ਼ ਇਟ ਕਿੱਥੇ ਆ ਉਹ ਲਾਇਬ੍ਰੇਰੀਨ ਨੂੰ ਪੁੱਛ ਰਿਹਾ ਇਜ਼ ਇਟ ਇਟਸ ਔਨ ਥਰਡ ਸ਼ੈਲਫ ਇਨ ਦਾ ਸਟਰੀਮ ਕੋਰਨਰ ਉਹ ਲਾਸਟ ਵਾਲੇ ਕੋਰਨਰ ਤੇ ਤੀਜੀ ਸ਼ੈਲਫ ਤੇ ਪਈ ਆ ਹਾਂਜੀ ਫਿਰ ਉਹ ਜਿੰਕੀ ਕਹਿ ਰਿਹਾ ਸ਼ਲ ਆਈ ਟੇਕ ਦਾ ਬੁੱਕ ਕੀ ਮੈਂ ਕਿਤਾਬ ਲੈ ਸਕਦਾ ਲਾਇਬ੍ਰਰੀਅਨ ਵੇਅਰ ਇਜ਼ ਯੂਅਰ 올ਡ ਬੁੱਕ ਜਿਹੜੀ ਤੂੰ ਪਹਿਲਾਂ ਕਿਤਾਬ ਲੈ ਕੇ ਗਿਆ ਸੀ ਉਹ ਕਿੱਥੇ ਹੈ ਸੁਝਾਉਣ ਹਰ ਇਟ ਇਜ਼ ਇਥੇਆ ਲਾਇਬ੍ਰਰੀਅਨ ਹੁਣ ਕੀ ਕਹਿੰਦਾ ਵਾਟ ਇਜ਼ ਦਾ ਨੇਮ ਆਫ ਦਾ ਬੁੱਕ ਕਿਤਾਬ ਦਾ ਨਾਮ ਦੱਸ ਕੀ ਆ ਭਾਈ ਲਾਇਬ੍ਰਰੀਅਨ ਨੇ ਪੁੱਛਿਆ ਤੇ ਫਿਰ ਕੀ ਉਹਨੇ ਅਨਸਰ ਦਿੱਤਾ ਸ਼ੈਕਸਪੀਅਰਸ ਹੈਮਲੇਟ ਹੈਨਾ ਸ਼ੈਕਸਪੀਅਰ ਬਹੁਤ ਵੱਡਾ ਰਾਈਟਰ ਹੋਇਆ ਉਹਦੀ ਕਿਤਾਬ ਆ ਮੇਰੇ ਕੋਲ ਹੈਮਲੇਟ ਕਹਿੰਦੇ ਓਕੇ ਉਹ ਕਹਿੰਦਾ ਵੇਅਰ ਇਜ਼ ਦਾ ਡਿਊ ਡੇਟ ਕਿਹੜੀ ਡੇਟ ਨੂੰ ਮੋੜ ਨਹੀਂ ਸੀ ਤੇ ਉਹਨਾਂ ਦਾ ਆਨਸਰ ਕੀਤਾ ਆਈ ਥਿੰਕ ਇਟਸ 25th ਅਪ੍ਰੈਲ ਉਹ ਕਹਿੰਦਾ ਸ਼ਾਇਦ 25 ਅਪ੍ਰੈਲ ਸੀ ਫਿਰ ਲਾਇਬ੍ਰੇਰੀਨ ਕੀ ਪੁੱਛ ਰਿਹਾ ਵਾਟਸ ਦਾ ਡੇ ਟੂਡੇ ਅੱਜ ਕੀ ਤਰੀਕ ਹੈ ਟੂਡੇ ਇਜ਼ 26th ਅਪ੍ਰੈਲ ਸੀਸ ਫਿਰ ਹੁਣ ਲਾਇਬ੍ਰੇਰੀਨ ਕਹ ਰਿਹਾ ਯੂ ਮਸਟ ਪੇ ਦਾ ਫਾਈਨ ਥੈਨ ਸੀਨ ਸੌਰੀ ਸਰ ਲਾਇਬ੍ਰੇਰੀ ਆਈ ਕੈਨਟ ਹੈਲਪ ਯੂ ਆਈ ਮਸਟ ਫਾਲੋ ਦਾ ਰੂਲਸ ਸੀਨ ਹਾਊ ਮਚ ਸ਼ੁੱਡ ਆਈ ਪੇ the librarian 10 rupees only susan here is the money sir librarian all right take the book ohne fine pay karta tusi bhi tension avdiya books modya karo fine lagda otherwise ke haan ji first question how many books does susan want to borrow kinniyan kitabaan chahunda si oh some books kia ohne so same sade kol option ch hega so our answer is c haan ji the librarian refused to give him some books what is the reason for it ਉਹਨੇ ਮਨਾ ਕਿ ਉਹ ਕਰਤਾ ਸੀ ਕੋਈ ਕਿਤਾਬਾਂ ਦੇਣ ਤੋਂ ਕੀ ਰੀਜ਼ਨ ਸੀਗਾ ਉਹਨੇ ਕਿ ਅਸੀਂ ਇੱਕ ਟਾਈਮ ਇੱਕੋ ਹੀ ਬੁੱਕ ਲੈ ਸਕਦੇ ਹਾਂ ਦੇਖੋ ਇਹ ਕਿੱਥੇ ਲਿਖਿਆ ਹੋਇਆ ਹੈ ਬੇਟਾ ਸੀ ਆ ਦੇਖੋ ਆਨਸਰ ਹੀ ਕੈਨ ਬਾਰੋ ਓਨਲੀ ਵਨ ਬੁੱਕ ਐਟ ਆ ਟਾਈਮ ਇੱਕ ਟਾਈਮ ਤੇ ਇੱਕੋ ਹੀ ਬੁੱਕ ਲੈ ਸਕਦੇ ਹਾਂ ਸੋ ਆਨਸਰ ਇਜ਼ ਸੀ ਪਹਿਲੇ ਦਾ ਵੀ ਸੀ ਦੂਜੇ ਦਾ ਵੀ ਸੀ ਚਲੋ ਹੁਣ ਅੱਗੇ ਚੱਲੀਏ ਥਰਡ ਕੁਐਸਚਨ ਦ ਬੁੱਕ ਵਿੰਗਸ ਆਫ ਫਾਇਰ ਇਜ਼ ਡੈਸ਼ ਕੀ ਆ ਵਿੰਗਸ ਆਫ ਫਾਇਰ ਆਟੋ ਬਾਇਓਗ੍ਰਾਫੀ ਆ ਕੀ ਦੀ ਆ ਏ ਪੀ ਅਬਦੁਲ ਕਲਾਮ ਦੀ ਆ ਹਨਾ ਇਸ ਲਈ b ਇਸ ਦਾ ਆਨਸਰ ਹਾਂ ਫੋਰਥ ਵਨ ਵਿਚ ਬੁੱਕ ਡਸ ਸੁਜ਼ੀਨ ਹੈਵ ਟੂ ਰਿਟਰਨ ਟੂ ਦਾ ਲਾਇਬ੍ਰੇਰੀਅਨ ਹੁਣ ਉਹ ਲਾਇਬ੍ਰੇਰੀਅਨ ਨੂੰ ਮੋੜਨ ਕਿਹੜੀ ਆਇਆ ਸੀ ਬੁੱਕ ਸ਼ੈਕਸਪੀਅਰ ਦੀ ਆਇਆ ਸੀ ਹੁਣ ਇੱਥੇ ਦੋ ਆਪਸ਼ਨਾਂ ਚ ਸ਼ੈਕਸਪੀਅਰ ਪਿਆ ਠੀਕ ਆ b ਤੇ c ਬਟ ਆਪਾਂ ਮੇਰ ਬੁੱਕ ਵੀ ਦੇਖਣੀ ਹੈ ਹੰਮਲੇਟ ਸੋ b ਇਸ ਦਾ ਆਨਸਰ ਦੇਖੋ ਪਹਿਲੇ ਦੋਨਾਂ ਦਾ c ਸੀ ਹੁਣ ਤੀਜੇ ਤੇ ਚੌਥੇ ਦਾ b b ਚਲੋ ਜੀ ਨੈਕਸਟ ਹੁਣ ਫਿਫਥ ਵਨ ਔਨ ਵਿਚ ਡੇਟ ਡਸ ਸੁਜ਼ੀਨ ਰਿਟਰਨ ਦਾ ਬੋਰੋਡ ਬੁੱਕ ਜਿਹੜੀ ਉਹਨੇ ਪਹਿਲਾਂ ਕਿਤਾਬ ਲਈ ਹੋਈ ਸੀ ਕਿਹੜੀ ਡੇਟ ਨੂੰ ਉਹ ਮੋੜਨ ਆਇਆਗਾ 25 ਨੂੰ ਮੋੜਨੀ ਸੀ ਉਹ 27 ਨੂੰ ਮੋੜਨ ਆਇਆ ਤਾਂ ਹੀ ਉਹਨੇ ਫਾਈਨ ਕੀਤਾ ਸੀ ਲਾਇਬ੍ਰੇਰੀ ਨੇ ਉਹਨੂੰ ਸੋ ਸੀ ਇਜ਼ ਦਾ ਆਨਸਰ 27th ਅਪ੍ਰੈਲ ਹਾਂਜੀ ਹੁਣ ਸਾਡੇ ਕੋਲੇ ਇੱਕ ਪੋਸਟਰ ਆ ਗਿਆ ਇਸ ਪੋਸਟਰ ਨੂੰ ਅਸੀਂ ਧਿਆਨ ਨਾਲ ਵੇਖਣਾਗਾ ਬੇਟਾ ਫਿਰ ਇਹਦੇ ਨਾਲ ਰਿਲੇਟਡ ਕੁਐਸਚਨਸ ਦੇਖਣੇ ਨੇ ਹੁਣ ਆਪਾਂ ਇਹਨੂੰ ਕਲੋਜ਼ ਕਰਕੇ ਇਹਨੂੰ ਪੜ੍ਹਦੇ ਹਾਂ ਪਹਿਲਾਂ ਕੀ ਲਿਖਿਆ ਹੋਇਆ ਟੇਕ ਸਮਾਲਰ ਵਾਈਟਸ ਐਂਡ च्यू ਵੈਲ ਸੈਵਨ ਟਿਪਸ ਫਾਰ ਮਾਈਂਡਫੁਲ ਈਟਿੰਗ ਠੀਕ ਆ ਵਧੀਆ ਤਰੀਕੇ ਨਾਲ ਖਾਣ ਦੇ 7 ਢੰਗ ਦੱਸੇ ਨੇ ਹੁਣ ਪਹਿਲਾ ਕੀ ਕਹ ਰਿਹਾ ਟੇਕ ਸਮਾਲਰ ਵਾਈਟਸ ਐਂਡ च्यू ਵੈਲ ਛੋਟੀ ਛੋਟੀਆਂ ਬੁਰਕੀਆਂ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਚਬ ਕੇ ਖਾਓ ਸੈਕੰਡ ਸਿਟ ਐਟ ਦਾ ਟੇਬਲ ਟੇਬਲ ਤੇ ਬੈਠੋ ਫਿਰ ਕਹਿੰਦਾ ਪੁਟ ਦਾ ਫਰੌਗ ਡਾਊਨ ਬਿਟਵੀਨ ਦਾ ਵਾਈਟਸ ਜਦੋਂ ਤੁਸੀਂ ਬੁਰਕੀ ਚਾਬ ਰਹੇ ਹੋ ਦੂਜੀ ਬੁਰਕੀ ਦੇ ਵਿੱਚਕਾਰ ਟਾਈਮ ਆ ਉਦੋਂ ਜਿਹੜਾ ਤੁਹਾਡਾ ਫਰੌਗ ਆ ਉਹਨੂੰ ਰੱਖ ਦਿਓ ਠੀਕ ਆ ਬੇਟਾ ਟੇਬਲ ਤੇ ਰੱਖ ਦਿਓ ਉਹਨੂੰ ਉਹਨੂੰ ਯੂਜ਼ ਨਾ ਕਰੋ ਹਾਂਜੀ ਹੁਣ ਅਗਲਾ ਦੇਖੀਏ ਡੋਂਟ ਈਟ ਸਟ੍ਰੇਟ ਫਰੋਮ ਦਾ ਪੈਕਟ ਸਿੱਧਾ ਪੈਕਟ ਦੇ ਵਿੱਚੋਂ ਕੋਈ ਖਾਣਾ ਕੱਢ ਕੇ ਨਾ ਖਾਓ ਮੀਨਸ ਪੈਕਟ ਵਾਲਾ ਫੂਡ ਨਾ ਖਾਓ ਅਗਲਾ ਦੇਖੋ ਨੈਕਸਟ ਕੀ ਕਹਿ ਰਹੇ ਨੇ ਇਫ ਯੂ ਫੀਲ ਫੁੱਲ ਸੇਵ ਇਟ ਫਾਰ ਲੇਟਰ ਅਗਰ ਤੁਹਾਡਾ ਢਿੱਡ ਭਰ ਗਿਆ ਤੁਸੀਂ ਫੁੱਲ ਮਹਿਸੂਸ ਕਰਦੇ ਹੋ ਤਾਂ ਜ਼ਬਰਦਸਤੀ ਉਹ ਨਾ ਖਾਓ ਉਹਨੂੰ ਪਚਾ ਕੇ ਰੱਖ ਲਓ ਬਾਅਦ ਲਈ ਖਾਣ ਲਈ ਨੈਕਸਟ ਰਿਮੂਵ ਡਿਸਟ੍ਰਕਸ਼ਨਸ ਜਿਵੇਂ ਤੁਸੀਂ ਖਾਣਾ ਖਾਂਦੇ ਹੋ ਟੀਵੀ ਦੇਖਦੇ ਹੋ ਵਿੱਚ ਉਧਰ ਧਿਆਨ ਚ ਲੈ ਗਿਆ ਫੋਨ ਵੱਜਦਾ ਸੋ ਇਸ ਤਰੀਕੇ ਦੇ ਜਿਹੜੇ ਡਿਸਟਰੈਕਟ ਕਰਦੇ ਨੇ ਤੁਹਾਨੂੰ ਚੀਜ਼ਾਂ ਉਹਨਾਂ ਨੂੰ ਖਾਣਾ ਖਾਣ ਵੇਲੇ ਪਰੇ ਰੱਖੋ ਆਪਣੇ ਤੋਂ ਪੇ ਅਟੈਂਸ਼ਨ ਟੂ ਦ 스멜 ਟੇਸਟ ਐਂਡ ਟੈਕਸਚਰ ਜਦੋਂ ਤੁਸੀਂ ਖਾਣਾ ਖਾਂਦੇ ਹੋ ਪੂਰੇ ਧਿਆਨ ਨਾਲ ਖਾਓ ਉਹਦਾ ਟੈਕਸਚਰ ਦੇਖੋ ਕਿਦਾਂ ਦਾ ਦਾ ਟੇਸਟ ਦੇਖੋ ਕਿਦਾਂ ਦਾ ਦੀ 스멜 ਕਿਦਾਂ ਦੀ ਆ ਮੀਨਸ ਉਹਨੂੰ ਇੰਜੋਏ ਕਰੋ ਖਾਣਾ ਖਾਣ ਨੂੰ ਹਾਂਜੀ ਇਹ ਅਸੀਂ ਪੜ੍ਹ ਲਏ ਸੈਵਨ ਟਿਪਸ ਆਫ ਮਾਈਂਡਫੁਲ ਈਟਿੰਗ ਹੁਣ ਆਪਾਂ ਇਹਦੇ ਕੁਐਸਚਨ ਦੇ ਦਿੰਦੀਆਂ ਚੰਗੀ ਤਰ੍ਹਾਂ ਸਮਝ ਲਿਆ ਦੁਬਾਰਾ ਦੇਖਣ ਦੀ ਲੋੜ ਨਹੀਂ ਪਊ। ਕੁਐਸਚਨ ਨੰਬਰ 6 ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਮਾਈਂਡਫੁਲ ਮਾਈਂਡਫੁਲ ਦਾ ਕੀ ਮੀਨਿੰਗ ਆ ਬੇਟਾ ਇੱਥੇ ਹੁਣ ਦੇਖੋ ਕੀ ਵੀਨਿੰਗ ਆ ਦੇ ਦੱਸੋ ਤੁਸੀਂ ਕੇਅਰਫੁਲ ਕੇਅਰਲੈਸ ਅਨ ਹੈਲਦੀ ਔਰ ਅ ਕਲੀਨ ਹਾਂਜੀ ਮਾਈਂਡਫੁਲ ਦਾ ਮੀਨਿੰਗ ਹੁੰਦਾ ਪੁੱਤ ਕੌਨਸ਼ੀਅਸ ਹੋ ਕੇ ਅਵੇਅਰ ਹੋ ਕੇ ਕੋਈ ਚੀਜ਼ ਕਰਨੀ ਹੈ ਨਾ ਉਹਨੂੰ ਆਪਾਂ ਮਾਈਂਡਫੁਲ ਹੁਣ ਇੱਥੇ ਇੱਥੇ ਆਪਣੇ ਕੋਲੇ ਦੇਖੋ ਕਿਹੜਾ ਕਿਹੜਾ ਆਪਸ਼ਨ ਆ ਜੋ ਕਿਹੜਾ ਹੋ ਸਕਦਾ ਸੋ ਬੀ ਏ ਸੀ ਡੀ ਨੋ ਏ ਇਜ਼ ਦਾ ਆਨਸਰ ਕੇਅਰਫੁਲੀ ਆ ਉਹਦਾ ਜਿਹੜਾ ਆਪਾਂ ਨੂੰ ਇੰਡੀਕੇਟ ਕਰਦਾ ਉਧਰ ਨੂੰ ਠੀਕ ਆ ਸੋ ਏ ਇਜ਼ ਦਾ ਆਨਸਰ ਸੈਵਨਥ ਵਟ ਕਾਈਂਡ ਆਫ ਡਿਸਟਰੈਕਸ਼ਨ ਕੈਨ ਬੀ देयर ਵਾਈਲ ਈਟਿੰਗ ਕਿਸ ਤਰ੍ਹਾਂ ਦੀ ਡਿਸਟਰੈਕਸ਼ਨ ਹੁੰਦੀ ਹੈ ਜਦੋਂ ਅਸੀਂ ਖਾਂ ਰਿੰਗਿੰਗ ਆਫ ਦਾ ਫੋਨ ਬਾਕੀ ਤਾਂ ਨਹੀਂ ਹੈਗਾ ਠੀਕ ਸੋ ਇਹਦਾ ਵੀ ਏ ਆਨਸਰ ਛੇਵੇਂ ਦਾ ਵੀ ਹੈ 7 ਮੇ ਦਵੀ ਚਲੋ ਜੀ ਅੱਗੇ 8ਵਾਂ ਕੁਐਸਚਨ ਦੇਖੀ ਹੁਣ ਵੀ ਸ਼ੁਡ ਸੇਵ ਫੂਡ ਫਾਰ ਲੇਟਰ ਟੂ ਅਵੋਇਡ ਸਾਨੂੰ ਜਿਹੜਾ ਖਾਣਾ ਬਚਾ ਕੇ ਬਾਅਦ ਲਈ ਰੱਖ ਲੈਣਾ ਚਾਹੀਦਾ ਕਾਦੇ ਵਾਸਤੇ ਬੇਸਟ ਇਸ ਲਈ ਕੁਕਿੰਗ ਲਈ ਓਵਰਈਟਿੰਗ ਲਈ ਨਾਨ ਆਫ ðiਸ ਓਵਰਈਟਿੰਗ ਓਵਰਈਟਿੰਗ ਮੀਨ ਲੋੜ ਤੋਂ ਜ਼ਿਆਦਾ ਖਾਣਾ ਜਿਉਂ ਢੱਡ ਭਰਿਆ ਹੋਇਆ ਉਹਨੂੰ ਉਹਨੂੰ ਬਚਾਉਣ ਲਈ ਆਪਾਂ ਓਵਰਈਟਿੰਗ ਨਾ ਕਰੀਏ ਇਸ ਲਈ ਉਹਨੂੰ ਬਾਅਦ ਵਿੱਚ ਲਈ ਸੇਵ ਕਰਕੇ ਰੱਖ ਲਈਏ ਓਕੇ ਸੋ ਆਨਸਰ ਇਜ਼ ਸੀ 9ਥ ਕੁਐਸਚਨ where should we sit while eating food ਜਦੋਂ ਅਸੀਂ ਖਾਣਾ ਖਾਣਾ ਸਾਨੂੰ ਕਿੱਥੇ ਬੈਠਣਾ ਚਾਹੀਦਾ ਸਾਡੇ ਆਪਸ਼ਨਸ ਦੇਖਣੀਆਂ ਨੇ ਅਸੀਂ ਆਪਸ਼ਨਸ ਚ ਚੂਜ਼ ਕਰਨਾ ਐਟ ਦਾ ਟੇਬਲ ਬੀ ਇਸ ਦਾ ਆਨਸਰ ਹਾਂਜੀ 10th ਵਨ ਵਿੱਚ ਆਫ ਦਾ ਫੋਲੋਇੰਗ ਇਸ ਗੁੱਡ ਈਟਿੰਗ ਹੈਬਿਟ ਸਾਰਨਾ ਵਧੀਆ ਇਹਨਾਂ ਚੋਂ ਈਟਿੰਗ ਹੈਬਿਟ ਕਿਹੜੀ ਆ ਈਟਿੰਗ ਫਰੈਸ਼ ਐਂਡ ਹੈਲਦੀ ਫੂਡ ਸੀ ਇਸ ਦਾ ਆਨਸਰ ਪਹਿਲੇ ਦਾ ਸੀ ਮੰਨ 8th ਦਾ ਸੀ 9th ਦਾ ਬੀ 10th ਦਾ ਫਿਰ ਸੀ ਹਾਂਜੀ ਆਜੋ ਜੀ ਹੁਣ ਆਗੇ ਇਹਦੇ ਨਾਲ ਪੋਸਟਰ ਨਾਲ ਰਿਲੇਟਡ ਇੱਥੇ ਤੱਕ ਸੀ ਹੁਣ ਤੁਹਾਡੀ ਬੁੱਕ ਨਾਲ ਰਿਲੇਟਡ ਕੁਐਸਚਨਸ ਆ ਗਏ ਅਫਦਲ ਅਮੀਦ ਵਾਲਾ ਤੁਸੀਂ ਲੈਸਨ ਪੜ੍ਹਿਆ ਫਸਟ ਵਨ ਇਜ਼ ਅਵਾਇਜ਼ ਅਵਾਰਡਡ ਫਾਰ ਹਿਸ ਬਰੇਵਰੀ ਉਹਨੂੰ ਉਹ ਬਹਾਦਰੀ ਲਈ ਕਿਹੜਾ ਚੱਕਰ ਮਿਲਿਆ ਸੀ ਫਸਟ ਇਅਰ ਦਾ ਵੀ ਇਹ ਆਨਸਰ ਆ 파ਰਮਬੀਰ ਚੱਕਰ ਆਈ ਹੋਪ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਚਲੋ ਨੈਕਸਟ ਤੁਹਾਡੀ ਟ੍ਰੂ ਗ੍ਰੋਥ ਪੋਇਮ ਦੇ ਵਿੱਚੋਂ ਐਨ ਓਕ ਟਰੀ ਲਿਵਸ ਫਾਰ ਅ ਡੇ ਪੁੱਛ ਰਹੇ ਨੇ ਟ੍ਰੂ ਆਫ ਫਾਲਸ ਆ ਮੇਬੀ ਔਰ ਨਾਟ ਸ਼ੋਰ ਓਕ ਟਰੀ ਹੁੰਦਾ ਜਿਹੜਾ ਬਹੁਤ ਲੰਬੇ ਸਾਲ ਜਿਉਂਦਾ ਸੋ ਇਹ ਤਾਂ ਫਾਲਸ ਆ ਬੀ ਹੈ ਦਾ ਆਨਸਰ ਬਟਾ ਹੂ ਹੈਡ ਬੌਂਡਡ ਦਾ ਸਟ੍ਰੇਂਜਰ 3 ਕੁਐਸਚਨਸ ਲੈਸਨ ਦੇ ਵਿੱਚੋਂ ਆਇਆ ਇਹ ਜਿਹੜਾ ਅਜਨਬੀ ਸੀ ਉਹਨੂੰ ਕਿਹਨੇ ਜ਼ਖਮੀ ਕੀਤਾ ਕਿੰਗਸ ਬੋਡੀਗਾਰਡ ਨੇ ਸੋ ਸੀ ਇਜ਼ ਆਨਸਰ ਹਾਂਜੀ 4 14th ਵੱਲ ਨੂੰ ਚੱਲਦੇ ਹਾਂ ਵੈਨ ਡਿਡ ਡੈਡੀ ਸਟਾਪ ਥਿੰਕਿੰਗ ਵਾਟ ਹੀ ਵਾਂਟ ਟੂ ਬੀ ਡੈਡੀ ਨੇ ਕਦੋਂ ਜਾ ਕੇ ਸੋਚਣਾ ਬੰਦ ਕੀਤਾ ਕਿ ਉਹਨੇ ਕੀ ਬਣਨਾ ਹੋਨੋ ਕਾ ਜਦੋਂ ਟੀਚਰ ਨੂੰ ਮਿਲਿਆ ਸੋਲਜਰ ਨੂੰ ਮਿਲਿਆ ਸੈਗਾ ਨੂੰ ਮਿਲਿਆ ਜਾਂ ਡੌਗ ਨੂੰ ਮਿਲਿਆ ਉਹ ਇੱਕ ਸਾਧੂ ਨੂੰ ਮਿਲਿਆ ਜਿਹਨੂੰ ਸਾਧੂ ਨੂੰ ਸਾਗਾ ਕਹਿੰਦੇ ਆ ਉਹ ਕਹਿੰਦੇ ਆ ਆਪਾਂ S A G E ਹੈਨਾ ਇਹ ਬੱਟ ਇੱਥੇ ਲਿਖਿਆ ਹੈ ਸੇਜ਼ S A G E ਸੇਜ਼ ਇਹਦੇ ਮੀਨੇ ਵੀ ਵਾਈਜ਼ ਪਰਸਨ ਹੁੰਦਾ ਹੈਨਾ ਸੋ ਇੱਥੇ ਇਹਦਾ ਆਨਸਰ ਆ ਸੀ ਬਟਾ ਜਦੋਂ ਸਾਧੂ ਨੂੰ ਮਿਲਿਆ ਸੀ ਚਲੋ ਨੈਕਸਟ 15 ਹੂ ਰੋਟ आवर ਨੈਸ਼ਨਲ ਅੰਥਮ ਸਾਡਾ ਰਾਸ਼ਟਰੀ ਗਾਣ ਜਿਹੜਾ ਜਨ ਗਨ ਮਨਾ ਉਹ ਕਿਨੇ ਲਿਖਿਆ ਸਾਰਿਆਂ ਨੂੰ ਪਤਾ ਰਵਿੰਦਰਨਾਥ ਟੈਗੋਰ ਸੋ 2b ਇਸ ਦਾ ਆਨਸਰ ਜਿਹੜਾ ਗੀਤ ਆ ਬੰਦੇ ਮਾਤਰਮ ਉਹ ਬਕਮ ਚੰਦਰ ਚੈਟਰਜੀ ਨੇ ਲਿਖਿਆ ਸੀ ਇੱਥੇ ਹੁਣ ਰਾਸ਼ਟਰੀ ਐਨਥਮ ਦੀ ਗੱਲ ਹੋ ਰਹੀ ਹੈ ਠੀਕ ਆ ਬੇਟਾ ਰਵਿੰਦਰਨਾਥ ਟੈਗੋਰ b ਇਸ ਦਾ ਆਨਸਰ ਸੋ 16th ਕੁਐਸਚਨ ਦਾ ਟੀਚਰ ਡੈਸ਼ ਟਾਕ ਔਨ ਦਾ ਫੋਨ ਰਾਈਟ ਨਾਓ ਕਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਪੜਨਾ ਇਹਨੂੰ ਸਾਡੇ ਕੋਲ ਆਪਸ਼ਨ ਦੇ ਪ੍ਰੈਜ਼ੈਂਟ ਕੰਟੀਨਿਊ ਦੀ ਪਹਿਚਾਣ ਇਸ ਐਮ ਆਰ ਬਾਰ ਉਹਦੀ ਪਹਿਲੀ ਫਾਰਮ ਨਾਲ ਇੰਗ ਦੇਖੋ ਇਹਦੇ ਵਿੱਚ ਸਿਰਫ ਪਹਿਲੇ ਚੀਜ਼ ਲੱਗਿਆ ਹੋਇਆ ਸੋ ਇਹੀ ਆਨਸਰ ਆ ਠੀਕ ਆ ਇਸ ਟਾਕਿੰਗ ਔਨ ਦਾ ਫੋਨ ਰਾਈਟ ਨਾਓ ਸੋ ए इज द ਆਨਸਰ 17th ਅਸ਼ੋਕ ਚੱਕਰ ਹੈਜ਼ ਡੈਸ਼ ਬੁక్స్ ਇਹ ਵੀ ਨੈਸ਼ਨਲ ਐਂਥਮ ਚ ਜਿਹੜਾ ਅਸ਼ੋਕ ਚੱਕਰ ਉਹਦੇ ਚ ਕਿੰਨੀਆਂ ਲਾਈਨਾਂ ਹੁੰਦੀਆਂ ਨੇ ਇਹਦਾ ਵੀ ਆਨਸਰ ਸੀ ਆ ਬੇਟਾ 24 ਹੁੰਦੀਆਂ ਨੇ ਨੀਲੇ ਕਲਰ ਦੀਆਂ ਹੁੰਦੀਆਂ ਨੇ ਹੈਨਾ ਮੂਵ ਟੂ ਨੈਕਸਟ 18th ਕੁਐਸਚਨ ਵਾਟ ਅਕਿਊ ਡੌਗ ਆਇਡੈਂਟੀਫਾਈ ਦਾ ਟਾਈਪ ਆਫ ਸੈਂਟੈਂਸ ਕਹਿੰਦੇ ਆਇਡੈਂਟੀਫਾਈ ਕਰੋ ਸੈਂਟੈਂਸ ਨੂੰ ਇਹ ਤਾਂ ਸਿੱਧਾ ਹੀ ਦਿੰਦਾ ਸਾਈਨ ਆਫ ਐਕਸਲਮਟਰੀ ਲੱਗਿਆ ਹੋਇਆ ਫਿਰ ਉਹਦਾ ਆਨਸਰ ਵੀ ਪਿਆ ਸੀ ਠੀਕ ਆ ਸਾਈਨ ਦੇਖ ਕੇ ਹੀ ਇਹ ਤਾਂ ਦੱਸ ਦਾਂਗੇ ਅਸੀਂ ਰਾਈਟ 19ਵਾਂ ਹੁਣ ਵੀ ਡੈਸ਼ ਇੰਡੀਅਨਸ ਫਲਾਈ ਦਾ ਕਰੈਕਟ ਵਰਬ ਅਸੀਂ ਇੰਡੀਅਨ ਹਾਂ ਬੀ ਹੁਣ ਇਹ ਤਾਂ ਹੈ ਨਹੀਂ ਸੀ ਵੀ ਸੀ ਠੀਕ ਆ हां ਅਸੀਂ ਜਾਂ ਅਸੀਂ ਹੋ ਚੁੱਕੇ ਆਂ ਇੰਡੀਅਨ ਵੀ ਆਰ ਇੰਡੀਅਨਸ ਠੀਕ ਆ ਇੱਥੇ ਭਰਿਆ ਜਾਣਾ ਬੀ ਆਰ ਲਾਸਟ ਕੁਐਸ਼ਨ ਚੂਜ਼ ਦਾ ਕਰੈਕਟ ਟ੍ਰਾਂਸਲੇਸ਼ਨ ਮੋਹਨ ਨੇ ਇੱਕ ਗੀਤ ਗਾਇਆ ਹੈ ਮੈਂ ਟ੍ਰਾਂਸਲੇਸ਼ਨ ਸੁਣੀ ਹੋਵੇ ਜਿਹੋਦੇ ਚ ਕਰਵਾਇਆ ਬੜੀ ਚੰਗੀ ਤਰ੍ਹਾਂ ਸਮਝਾਇਆ ਹੈ ਦਾ ਮੀਨ ਚ ਹੋ ਚੁੱਕਿਆ ਹੈ ਠੀਕ ਆ ਹੋ ਚੁੱਕਾ ਐਵੇਂ ਜੋ ਪਰਫੈਕਟ ਪਰਫੈਕਟ ਦੀ ਨਸਾਨੀ ਆ ਹੈ ਲੱਗਿਆ ਹੋਇਆ ਪ੍ਰੈਜ਼ੈਂਟ ਪਰਫੈਕਟ ਆ ਹੈਜ਼ ਜਾਂ ਹੈ ਵਰਬ ਦੀ ਤੀਜੀ ਫਾਰਮ ਹੈਜ਼ ਤਾਂ ਦੇਖੋ ਦੋ ਜ ਹੈਜ਼ ਲੱਗਿਆ ਵਾ ਪਹਿਲੇ ਤੇ ਦੂਜੇ ਚ ਪਰ ਪਹਿਲੇ ਚ ਫਾਰਮ ਪਹਿਲੀ ਲੱਗੀ ਹੋਈ ਆ ਮਿਸਟੇਕ ਨਹੀਂ ਕਰਨੀ ਇਹਦਾ ਆਨਸਰ ਬੀ ਆ ਬੇਟਾ ਮੋਹਨ ਹੈਜ਼ ਸੰਗ ਸੌਂਗ ਠੀਕ ਹੈ ਬੇਟਾ ਸੋ ਇਹ ਸੀ ਤੁਹਾਡਾ ਮਾਡਲ ਟੈਸਟ ਪੇਪਰ ਆਈ ਹੋਪ ਤੁਸੀਂ ਚੰਗੇ ਤਰੀਕੇ ਨਾਲ ਸੁਣ ਲਿਆ ਹੋਊ ਸਮਝ ਲਿਆ ਹੋਊ ਇੰਨਾ ਵਰਗਾ ਹੀ ਬਿਲਕੁਲ ਪੇਪਰ ਆਉਣਾ ਤੁਸੀਂ 48 ਘੰਟੇ ਦਾ ਜਦੋਂ ਲਿੰਕ ক্লোਜ਼ ਹੋ ਗਿਆ ਤੁਸੀਂ ਆਪਦੀ ਵਿਊ ਸਕੋਰ ਵੀ ਚੈੱਕ ਕਰ ਸਕਦੇ ਹੋ ਇਸ ਚੈਨਲ ਤੇ ਬਾਏ ਬੇਟਾ